ਵੇਟ ਦੇ ਹਲਕੇ ਚ ਦੇਖੋ ਕਟਾਈ ਚੱਲ ਰਹੀ ਆ, ਇੰਨੇ ਮੇਰੇ ਖਿਆਲ 250-300 ਬੰਦਾ ਆਇਆ ਹੋਇਆ, ਹਰ ਆਦਮੀ ਇਹੀ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਔਰ ਤੁਹਾਨੂੰ ਅਸੀਂ ਜਿਤਾਵਾਂਗੇ। ਮੇਰਾ ਖਿਆਲ ਸਾਹਨੇਵਾਲ ਹਲਕੇ ਚ ਪਹਿਲਾਂ ਵੀ ਮੈਂ ਆਇਆ ਸੀ, ਬਹੁਤ ਜ਼ਿਆਦਾ ਹੰਗਾਰਾ, ਔਰ ਮੈਨੂੰ ਵਿਸ਼ਵਾਸ ਆ ਕਿ ਇਸ ਹਲਕੇ ਚੋਂ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਾਂ। ਦੇਖੋ ਅਜੇ ਮੈਂ ਉਦਣ ਵੀ ਕਿਹਾ ਸੀ ਕਿ ਮੈਂ ਇੰਨੀ ਜਲਦੀ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਹਫਤੇ ਚ ਪੱਖ ਜੂਗਾ, ਹਫਤਾ ਜਾਂ 10 ਦਿਨ ਉਦੋਂ ਫਿਰ ਦੱਸਣਾ ਸ਼ੁਰੂ ਕਰਦੇ ਆ। ਅਜੇ ਉਸ ਹਿਸਾਬ ਨਾਲ ਪੱਖਿਆ ਨੀ ਮਾਹੌਲ, ਸਾਰੇ ਦੂਰ ਉਹਨੇ ਮੇਰੀ ਏਡੀ ਵੱਡੀ ਮੀਟਿੰਗ ਗਵਾਹੇ ਚ ਕਰਾਈ ਆ, ਔਰ ਬਹੁਤ ਵਧੀਆ ਉਹ ਕੰਮ ਕਰ ਰਿਹਾ। ਮੁੱਦੇ ਤਾਂ ਇਹੀ ਆ ਜਿਹੜਾ ਇਹਨਾਂ ਨੇ ਝੂਠ ਬੋਲਿਆ ਉਤਲਿਆ ਨੇ ਵੀ ਥੱਲਿਆ ਨੇ, ਅਸੀਂ ਸਾਡੇ ਜਿਹੜੇ ਵਾਅਦੇ ਆ ਕਾਂਗਰਸ ਦੇ। ਜੀਪੀ ਸਾਹਿਬ ਕਹਿੰਦੇ ਸੀ ਜਦੋਂ ਜੀਪੀ ਸਾਹਿਬ ਉਹਨੇ ਕਿਹਾ, ਉਹਨਾਂ ਨੇ ਇੱਥੇ ਕਿਸੇ ਇੰਟਰਵਿਊ ਚ ਕਿਹਾ ਕਿ ਡਾਕਟਰ ਸਾਹਿਬ ਮੇਰੀ ਕੰਪੇਨੀਅਨ ਚ ਨੀ ਤੁਰੇ ਸੀ ਨਾਲ ਉਦੋਂ। ਉਹਦੇ ਘੱਟੋ ਘੱਟ 80 ਜਾਂ 90 ਫੁੱਟ ਪਿੰਡਾਂ ਚ ਮੈਂ ਗਿਆ ਹੋਇਆ, ਠੀਕ ਹੈ ਜੀ। ਉਹਦੇ ਆਪਾਂ ਝੂਠਾ ਆਦਮੀ ਕੋਈ ਨੀ, 4 ਤਾਂ ਪਾਰਟੀਆਂ ਬਦਲ ਚੁੱਕਿਆ, ਉਹਦਾ ਸਾਰਾ ਰਿਕਾਰਡ ਕੱਢ ਕੇ ਮੈਂ ਸਾਰੀ ਪ੍ਰੈਸ ਨੂੰ ਦਊਂਗਾ ਕਿ ਇਹਦੇ ਵਰਗਾ ਕੋਈ ਝੂਠਾ ਆਦਮੀ।